ਮੰਨ ਜੀ ਦੇ ਦਹਾਨ ਦੇ ਨਵੇਂ ਰੇਡ ਨਾਲ ਨਵੀਂ ਵੀਡੀਓ ਨਾਲ ਹਾਜ਼ਰ ਆ। ਲੇਕਿਨ ਅੱਗੇ ਟੋਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਦਰਵਾਜ਼ਾ ਹੈ। ਅਗਰ ਤੁਸਾਂ ਸਾਡੇ ਯੈਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਰਾ ਮਿਹਰਬਾਨੀ ਚੈਨਲ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਮੱਕ ਭੁੱਲਿਓ। ਸૌਤ ਪਹਿਲਾਂ ਗੱਲ ਕਰਨੇ ਆ। ਦਹਾਨ 1509 ਦੇ 1692 ਦੀ ਦਹਾਨ ਸੁਪਰ ਫਾਈਨ ਦੀ। ਇਹਨਾਂ ਪਹਿਲਾਂ ਗੱਲ ਕਰ ਲੈਣੇ ਵਰਾਈਟੀ ਜਿਹੜੀ ਸੁਪਰ ਫਾਈਨ ਇਹਦਾ ਰੇਟ ਕੀ ਹੈ? ਸੂਪਰ ਫਾਈਨ ਦਾ ਰੇਟ ਅੱਜ ਦਾ ਜਿਹੜਾ ਰੇਟ ਹੈ 2100 ਤੋਂ ਲੈ ਕੇ 3650 ਰੁਪਏ ਪਰ ਮਾਲ ਆਹਾਂ ਸੂਪਰ ਫਾਈਨ ਆਇਤਾ ਰੇਟ 2100 ਤੋਂ ਲੈ ਕੇ 3650 ਰੁਪਏ ਪਰ ਮਾਲ 2100 ਰੁਪਏ ਵਾਲਾ ਜਿਹੜਾ ਮਾਲ ਹੈ ਉਹ ਜਿਆਦਾ ਮੋਇਸਚਰ ਵਾਲਾ ਮਾਲ ਹੈ ਨਮੀ ਵਾਲਾ ਮਾਲ ਜਿਆਦਾ ਹੈ ਉਹਦਾ ਤਾਂ ਰੇਟ 21 2200 2350 ਰੁਪਏ ਰੇਟ ਹੁੰਦਾ ਬੰਦੇ ਕਈ ਸਵਾਲ ਕਰਦੇ ਨੇ ਕਈ ਨਾ ਫਰਕ ਕਿਉਂ ਜਿਹੜਾ ਜਿਆਦਾ ਨਮੀ ਚਿਲ ਕਈ ਲੋਕੀ ਕਾਲ ਕਰ ਲੈਂਦੇ ਨੇ ਉਹਦੇ ਵੇਲੇ ਫਿਰ ਰੇਟ ਥੱਲੇ ਆ ਜਾਂਦੇ ਨੇ ਨਵੀਂ ਆਲਾ ਮਾਲ ਜ਼ਿਆਦਾ ਹੁੰਦਾ ਹਰ ਆ ਦਾਣਾ ਵਿੱਚ ਵਧੇਰਾ ਹੁੰਦਾ ਉਹਦੇ ਕਰਕੇ ਰੇਟ ਥਲੇ ਆ ਜਾਂਦੇ ਨੇ ਇਹਦੇ ਬਾਅਦ ਗੱਲ ਕਰਨ ਦੇ ਹਨ 15 ਜਰ 9 ਦੀ ਮੁੰਜੀ 15 ਜਰ 9 ਦੀ ਆਇਤਾ ਰੇਟ 3300 ਤੋਂ ਲੈ ਕੇ 4260 ਰੁਪਏ ਤੱਕ ਮੁੰਜੀ 15 ਜਰ 9 ਆਜ ਦਾ ਰੇਟ 3300 ਤੋਂ ਲੈ ਕੇ 4260 ਰੁਪਏ ਤੱਕ ਇਹਦੇ ਰੇਟ ਅੱਜ ਕੋਈ ਫਰਕ ਪਿਆ ਵਧੇ ਨੇ 3300 ਰੁਪਏ ਵਾਲਾ ਜਿਹੜਾ ਮਾਲ ਆ 3400 ਜਾਂ 3500 ਜਾਂ 3600 ਵਾਲਾ ਜਿਹੜਾ ਮਾਲ ਹੋਏ ਦਾ ਉਹ ਨਵੀਂ ਆਲਾ ਮਾਲ ਹੋਏ ਦਾ ਉਦੇ ਨਮੀ ਜ਼ਿਆਦਾ ਹੋਏ ਦੀ ਹਰਾ ਦਾਣਾ ਵਿੱਚ ਜ਼ਿਆਦਾ ਹੋਇਦਾ ਓਵਰ ਆਜ ਦੇ ਰੇਟ ਇਸ ਤੋਂ ਬਿਹਤਰ ਨੇ ਇਹਦੇ ਬਾਅਦ ਅਗਰ ਗੱਲ ਕਰੀਏ ਦਹਾਂ 16 92 ਦੀ ਮੁੰਜੀ 16 92 ਦੀ ਤਾਂ ਉਹਦਾ ਰੇਟ ਹੈ 3300 ਤੋਂ ਲੈ ਕੇ 4260 ਰੁਪਏ ਤੱਕ ਇਹਦਾ ਰੇਟ ਵੀ 15 ਜੇ ਨੌ ਨਾਲ ਦਾ ਜਲਦਾ ਪਿਆ ਕਿਉਂਕਿ 19 ਵੀ ਦਾ ਹੀ ਫਰਕ ਹੈ ਇਹਨਾਂ ਦੋਵਾਂ 'ਚ ਦਹਾਂ 16 92 ਆਜ ਦਾ ਰੇਟ 3300 ਤੋਂ ਲੈ ਕੇ 4260 ਰੁਪਏ ਤੱਕ ਮੁੰਜੀ ਦੇ ਆਜ ਦੇ ਰੇਟ ਵੱਲ ਦਿਖਾਈ ਦੇ ਰਹੇ ਨੇ ਐਸਨ ਮੁੰਜੀ ਦੇ ਦਹਾਂ ਦੇ ਰੇਟ ਯਾਦ ਰੱਖੇ ਕਿ ਮਾਰਕੀਟ ਵਿੱਚ ਦਿਨ ਦੇ ਔਕਾਤ ਵਿੱਚ ਉਤਾਰ ਚੋੜ ਆਂਦਾ ਰਹਿੰਦਾ ਤੇ ਮਾਰਕੀਟ ਤੋਂ ਮਾਰਕੀਟ ਵੀ ਰੇਟ ਬਦਲਦੇ ਰਹਿੰਦੇ ਨੇ ਅਗਰ ਮਾਲ ਚੰਗਾ ਆਇਦਾ ਤੇ ਰੇਟ ਜਿੰਨ ਤੋਂ ਉੱਤੇ ਚੰਗੇ ਲੱਗਣਦੇ ਅਗਰ ਮਾਲ ਵਿੱਚ ਕਮੀ ਪੈ ਸ਼ੋਏ ਦੀ ਤੇ ਰੇਟ ਜਿੰਨ ਤੋਂ ਉੱਤੇ ਥੱਲੇ ਆਂਦੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਏ ਤੇ ਲਾਈਕ ਕਰ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਕਰੀਆ